ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਹੋ ਸਾਰੇ ਜਣੇ? ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਵੈਲਕਮ ਬੈਕ ਟੂ ਮਾਈ ਚੈਨਲ। ਸੋ ਗਾਈਜ਼, ਅੱਜ ਮੈਂ ਫਾਈਨਲੀ ਚੱਲੀ ਹਾਂ ਸਰੋਜਨੀ ਨਗਰ ਮਾਰਕੀਟ, ਉੱਥੇ ਐਕਸਪਲੋਰ ਕਰਾਂਗੇ। ਐਂਡ ਮੈਂ ਡਿਸਾਈਡ ਕੀਤਾ ਕਿ ਮੈਂ ਇੱਕ ਚੈਲੰਜ ਵੀ ਕਰੂੰਗੀ। ਉਹ ਚੈਲੰਜ ਇਹ ਹੋਊਗਾ ਕਿ ਮੈਂ ਸਰੋਜਨੀ ਨਗਰ 'ਚ 1000 ਰੁਪੀਸ 'ਚ ਇੱਕ ਆਊਟਫਿਟ ਰੈਡੀ ਕਰਨੀ ਆ। ਉੱਦਾਂ ਤਾਂ ਮੈਂ ਸ਼ੋਪਿੰਗ ਕਰੂੰਗੀ ਹੀ ਕਰੂੰਗੀ, ਉਹਦਾ ਆਪਾਂ ਅਲੱਗ ਤੋਂ ਹੌਲ ਬਣਾਵਾਂਗੇ, ਲੇਕਿਨ ਆਹ ਚੈਲੰਜ ਦੇ ਵਿੱਚ ਮੈਂ 1000 ਰੁਪੀਸ 'ਚ ਜੋ ਵੀ ਆਊਟਫਿਟ ਪੂਰੀ ਉੱਪਰੋਂ ਲੈ ਕੇ ਥੱਲੇ ਤੱਕ, ਏਅਰਿੰਗਸ, ਥੋੜ੍ਹੀ ਜਿਹੀ ਐਕਸੈਸਰੀ ਔਰ ਮਤਲਬ ਪੂਰੀ ਆਊਟਫਿਟ ਐਂਡ ਮੇਰੇ ਫੁੱਟਵੇਅਰ ਕੁਛ ਵੀ ਲੈਣਾ ਪਊਗਾ ਮੈਨੂੰ ਪੂਰਾ ਆਲ ਓਵਰ। ਸੋ ਦੇਖਦੇ ਹਾਂ ਮੈਂ ਚੈਲੰਜ ਕੰਪਲੀਟ ਕਰ ਪਾਉਂਦੀ ਹਾਂ ਕਿ ਨਹੀਂ। ਸੋ ਵੈਸੇ ਸਰੋਜਨੀ ਨਗਰ 'ਚ ਕਾਫੀ ਠੀਕ ਠੀਕ ਪ੍ਰਾਈਸ 'ਤੇ ਸਾਰਾ ਕੁਛ ਮਿਲ ਜਾਂਦਾ ਆ। ਸੋ ਦੇਖਦੇ ਹਾਂ, ਮੈਂ ਤਾਂ ਬਹੁਤ ਐਕਸਾਈਟਿਡ ਹਾਂ ਕਰਨ ਲਈ। ਐਂਡ ਹੁਣੇ ਆਪਾਂ ਚੱਲੇ ਹਾਂ ਸਰੋਜਨੀ ਨਗਰ। ਸੋ ਮੈਂ ਉੱਥੇ ਜਾ ਕੇ ਤੁਹਾਨੂੰ ਮਾਰਕੀਟ ਦਿਖਾਉਂਦੀ ਹਾਂ। ਸਰੋਜਨੀ ਨਗਰ ਪਹੁੰਚ ਗਿਆ ਤੇ ਆ ਦੇਖ ਰਹੇ ਹੋ ਤੁਸੀਂ ਕਿੰਨੀ ਜ਼ਿਆਦਾ ਧੁੱਪ ਹੋ ਰਹੀ ਹੈ। ਐਂਡ ਮੀਟ ਮਾਈ ਫਰੈਂਡ ਅੰਜਲੀ। ਇਹ ਧੁੱਪ ਦੇਖ ਕੇ ਵਿਚਾਰੀ ਡਰ ਗਈ, ਹੁਣ ਸਨਸਕ੍ਰੀਨ ਲਾਉਣ ਲੱਗੀ ਹੈ। ਦਿਖਾਓ ਹੁਣ ਮੈਡਮ ਜੀ, ਸਨਸਕ੍ਰੀਨ ਲਾਓਗੀ ਫਿਰ ਜਾਊਗੀ। ਯਾਰ ਧੁੱਪ ਬਹੁਤ ਜ਼ਿਆਦਾ ਹੈ, ਆਪਾਂ ਨਾ ਸਵੇਰੇ ਸਵੇਰੇ ਹੀ ਆ ਗਏ ਹਾਂ, ਮਤਲਬ ਆਈ ਗੈਸ 12 ਵੱਜ ਰਹੇ ਹੁਣੇ, ਆਪਾਂ ਸਵੇਰੇ ਸਵੇਰੇ ਹੀ ਆ ਗਏ ਹਾਂ ਇੱਥੇ ਤੇ ਧੁੱਪ ਬਹੁਤ ਜ਼ਿਆਦਾ। ਮੈਂ ਤਾਂ ਪਹਿਲਾਂ ਹੀ ਸਨਸਕ੍ਰੀਨ ਲਾ ਕੇ ਆਈ ਸੀਗੀ ਐਂਡ ਮਾਸਕ ਵੀ ਆਪਾਂ ਲਾ ਲੈਣਾ। ਅੰਦਰ ਜਾ ਕੇ ਦੇਖਦੇ ਕੋਈ ਕੈਪ ਲੈਂਦੇ ਹਾਂ, ਕਿਉਂਕਿ ਬਹੁਤ ਜ਼ਿਆਦਾ ਧੁੱਪ ਹੈ ਔਰ ਮੈਨੂੰ ਤਾਂ ਧੁੱਪ ਤੋਂ ਇੰਨੀ ਜ਼ਿਆਦਾ ਪ੍ਰੋਬਲਮ ਹੈ ਨਾ, ਬਹੁਤ ਜ਼ਿਆਦਾ। ਸੋ ਹੁਣ ਆਪਾਂ ਚੱਲਦੇ ਹਾਂ, ਮੈਡਮ ਦੀ ਸਨਸਕ੍ਰੀਨ ਲੱਗ ਜਾਏ। ਵਿਚਾਰੀ ਇੰਨੀ ਔਖੀ ਹੋ ਗਈ ਸਨਸਕ੍ਰੀਨ ਲਾ ਰਹੀ ਹੈ, ਦੇਖੋ ਤੁਸੀਂ ਪਿੱਛੇ ਹੋ, ਅੱਗੇ ਵਾਲਾ ਮਿਰਰ ਦੇਖ ਕੇ। ਵਾਹ 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 ਸਟਰਗਲ। ਐਡਿਟ ਨਹੀਂ ਹੋਆ? ਨਹੀਂ ਹੋਗਾ ਐਡਿਟ, ਐਡਿਟ ਹੋ ਜਾਣਾ ਚਾਹੀਏ। ਨੋ, ਹਾਂ। ਸੋ ਇਹ ਇੱਥੋਂ ਆਪਾਂ ਐਂਟਰੀ ਕਰ ਰਹੇ ਹਾਂ ਤੇ ਇੱਦਾਂ ਦੇ ਕੁਛ ਹਾਲਾਤ ਆ ਸਰੋਜਨੀ ਨਗਰ ਦੇ ਇਸ ਟਾਈਮ ਤੇ। ਐਂਡ ਸਭ ਤੋਂ ਪਹਿਲਾਂ ਤਾਂ ਆਪਾਂ ATM 'ਚੋਂ ਪੈਸੇ ਕਢਾਈਏ, ਬਿਕੋਜ਼ ਕੈਸ਼ ਦੀ ਬਹੁਤ ਲੋੜ ਪੈਣ ਵਾਲੀ ਆ ਅੱਜ। ਮਤਲਬ ਇੰਨੀ ਭੀੜ ਨਹੀਂ ਹੈਗੀ, ਇਹ ਕਹਿ ਰਹੀ ਸੀਗੀ। ਓਏ ਤੂੰ ਤਾਂ ਕਹਿ ਰਹੀ ਸੀ ਕਿ ਸੰਡੇ ਕੋ ਭੀੜ ਹੋਤੀ ਆ, ਕਈ ਜਿਹਨੂੰ ਪੰਜਾਬੀ ਥੋੜ੍ਹੀ ਘੱਟ ਆਉਂਦੀ ਆ। ਸੋ ਆਪਾਂ ਐਡਜਸਟ ਕਰਾਂਗੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਕੈਸ਼ ਕਢਾ ਲੈਂਦੇ ਹਾਂ। ਚਲੋ ATM ਚੱਲਦੇ ਹਾਂ। 100 ਰੁਪਏ 100 ਰੁਪਏ ਆਪਾਂ ਪੀਣ ਲੱਗੇ, ਕੀ ਪੀਣ ਲੱਗੇ? ਸੋ ਗਾਇਜ਼, ਸ਼ੌਪ ਨੰਬਰ 137 ਹੈ, ਇੱਥੇ ਕਾਫੀ ਵਧੀਆ ਵਧੀਆ ਟੌਪਸ ਮਿਲ ਜਾਂਦੇ ਆ। ਲੇਕਿਨ ਕੁਛ ਪਸੰਦ ਹੀ ਨਹੀਂ ਆ ਰਿਹਾ ਹੈ, ਪਤਾ ਨਹੀਂ ਕੀ। ਬਸ ਇੱਕ ਕੈਪ ਲਈ ਹੈ ਔਰ 2-3 ਏਅਰਿੰਗਸ ਲਏ ਆ ਮੈਂ, ਬਸ ਹੋਰ ਕੁਛ ਵੀ ਪਸੰਦ ਨਹੀਂ ਆ ਰਿਹਾ। ਹੁਣ ਇਸ ਸ਼ੌਪ 'ਚ ਜਾ ਕੇ ਦੇਖਦੇ ਹਾਂ ਜੇ ਕੁਛ ਪਸੰਦ ਆਵੇ। ਸ਼ੌਪ ਨੰਬਰ ਕਿਆ ਹੈ? 5। ਯੇ ਟੌਪ ਅੱਛਾ ਲੱਗ ਰਿਹਾ ਮੇਰੇ ਕੋ ਤਾਂ। ਸੋ ਗਾਇਜ਼, ਆਪਾਂ ਕਰਨ ਲੱਗੇ ਹਾਂ ਐਗਜ਼ਿਟ। ਸਾਡੀ ਹੋ ਚੁੱਕੀ ਹੈ ਹਾਲਤ ਖਰਾਬ ਸ਼ੋਪਿੰਗ ਕਰਕੇ। ਗਾਇਜ਼, ਸਰੋਜਨੀ ਉਹ ਸਰੋਜਨੀ ਨਹੀਂ ਰਿਹਾ ਜੋ ਪਹਿਲਾਂ ਹੁੰਦਾ ਸੀ।
कहाँ से आप मेरी बात पे? यहाँ पे कुछ भी नहीं है, नॉट अ सिंगल चीज भी हमें मिली यहाँ पे, पसंद भी नहीं सिंगल चीज। ये क्या है फिर? ये क्या है फिर? काफी चीजें मिली बट जिस हिसाब से हम पहले शॉपिंग करी है उस हिसाब से हमने एक बार शॉपिंग नहीं करी। यस, क्योंकि पता नहीं, क्योंकि पता नहीं, क्योंकि पता नहीं धूप का कमाला, या धूप का कमाला। आए रब्बा, तो आप गड्डी से चल रहे हैं, पहले आप गलत साइड तो एग्जिट कर ली सी, हम आप सही साइड चल रहे हैं, मिल गई सानू साड़ी गड्डी, तो उत्थे बह के गल करते हैं। सो गाइस, आपां हुणे आए हैं मैगी खाण वास्ते, क्योंकि सानू बहुत भुख लगी सीगी, आपां कुछ खादा नहीं सीगा सवेर दा, एंड उस तो बाद सिर्फ कॉफ़ी पीती है, कोल्ड कॉफ़ी पीती सीगी। एंड शॉपिंग दा जो है वो चैलेंज था मेरा, जो मैं लिया सीगा खुद ली, वो थोड़ा जा इनकम्प्लीट रह गया। मैं सिर्फ फुटवेयर कुछ नहीं लै पाई, इस करके वो चैलेंज जो है कंप्लीट नहीं कर पाई मैं, बिकॉज मैनू फुटवेयर कोई पसंद ही नहीं आ रहे सीगे, मतलब शूज़ मैं लेने नहीं सीगे और कुछ भी मैनू पसंद नहीं आया, पता नहीं क्यों, आई डोंट नो, बट मैं थोड़ा बहुत समान लैके आई हाँ। जो भी मैं लैके आई हाँ वो मैं तुहानू बाद किसी वीडियो से दिखाऊंगी, बिकॉज सीरियसली अज तो बिल्कुल भी हालत नहीं है कुछ भी दिखाने की, कुछ भी करन की, बिकॉज इन्नी ज़्यादा धुप सी मैनू ना शुरू तो, मतलब बचपन तो ही है, जिदा मतलब आप स्कूल जाते होंगे जो तो होश संभाली उदों तो मैनू बहुत ज़्यादा पता लगता है कि मेरा सिर दुखद धुप च, तो इस करके मैं अवॉइड कर दी मैं धुप च जावा, बट अज आप जिनी भी देर मार्केट से इन्नी कु ज़्यादा धुप पै रही थी, इन्नी कु ज़्यादा कि आप ज़्यादा देर उत्थे रुक ही नहीं पाए। हार्डली आप कि देर रुके अंजलि? एक घंटा। हाँ हार्डली, वो भी आप 5-10 मिनट का कितने खड़ गए या कुछ कर लिया, ATM से भी टाइम लग गया। सो आप थोड़ी जी ही शॉपिंग की, कुछ ज़्यादा चीज़ा नहीं लिया हैं, बट जो जो भी मैं लिया है मैं तुम्हें दिखा देंगी एंड दस देंगी। तो जो मैं चैलेंज सोचा सी तो होया नहीं, आई एम रियली सॉरी। हुण आपां मैगी खावांगे, उस तो बाद मैं तुहानूं हो सकिया तो इस ब्लॉग च दिखा देंगी मैं की लैके आई हाँ। सो गाइस, एक आहा राइस ऑर्डर कीते आ, मैगी हले बन रही है, मैगी मैं खाऊंगी, ये अंजलि खाऊगी। चीज़ मैगी है, स्पाइसी क्या सी मैं खा के दसती हूँ स्पाइसी है कि नहीं, फिर आपां नंबर देवांगे अंकल नूं किन्ने देने हैं। मैं सोचा कि मैं फटाफट थोड़ी जी चीज़ें इतने ही दिखा दें, बिकॉज हॉल बनाने का तो कोई फायदा नहीं है क्योंकि ज़्यादा समान है नहीं। तो मैं कुछ एयरिंग्स लैके आई हाँ, एक आया तो एक आया तो एक आया, इन तिना का प्राइस 100 रुपीज़ से, मतलब 300 के मैं 3 एयरिंग्स खरीदे, तो एक मैं ड्रैस खरीदी आ, बहुत सिंपल जी ड्रैस है, बहुत ही ज़्यादा प्यारी। एक तो यह सिंपल जी ड्रैस खरीदी है मैं, ये लास्टिक एंड प्रिंट होया हुआ, प्रिंट काफ़ी सोहना आ, तो यदा प्राइस है 200 रुपीज़, ये मैंने सेल चो मिली सी। एंड एक मैं घर के लिए खरीदा डाइनिंग टेबल लिए, उन्हें पता है ये बहुत वीडी स्टोरी मैं तुम दस दी, उन्हें मैंने 550 का दसिया सी, तो मैं 250 रुपये का लैके आई है बारगेनिंग करके। सो ये बारगेनिंग वैसे मैं तो की नहीं है, बट हाँ फिर भी सू 250 का मिल गया, काफ़ी अच्छा है ये डाइनिंग टेबल भी है। एंड बाकी 3-4 टॉप ने मैं तुम फटाफट दिखा दी है, सो ये दो टॉप ने, एक आया टॉप नहीं है की है शर्ट, शर्ट है हाँ, ये शर्ट अंजलि दी है, ये सानू मिली सी 250 दी, सेम शॉप तो, आई गेस शॉप नंबर 5 सेगा जो मैं वीडियो च भी दसिया है। सो एक आहा सेगा, ये भी सानू 250 का मिले, एदा का सेम आ बट कलर डिफरेंस आ, आह कलर आ, केड़ा कलर है? पर्पल, पर्पल डार्क पर्पल एकदम, ये सेम आ, ये मेरा आ, सो ये भी 250 का ही सीगा। ते एक इदा दी है जिदा दी मैं पाई हुई है ना लूज फिट, इदा दी है ये सेम, ये उत्ते लिखा हुआ है फेवरेट नियॉन्स, ते काफ़ी लूज लूज मैनू वधिया लगदी है, तो मैं एक आ लई है। ते दो टॉप मेरे होर ने, एक जिवें अंजलि दा मैं तुहानू दिखाया सेम उदा दा ही है लेकिन ब्लैक कलर है, ये भी सानू 250 का ही मिलिया सीगा। एंड एक वाइट कलर मैं तुहानू दिखाया ही सीगा व्लॉग च, सो ये बस। इस तो अलावा मैं कुछ नहीं खरीदया गाइज, बड़ा सिर दुख रहा है। गाइज मैं कैब बारे दसना तुहानू भुल गई सी, मैं ना हुणे स्टोरी पाई तो मैनू किसी ने पूछा कि कित्थों लई है, सो मैं सरोजनी नगर तो ही लई है, आप दोनों ने सेम लई है, तो लिखा है आई एम बिजी।
ਸੀਰੀਅਸਲੀ ਆਮ ਟੂ ਮਚ ਬਿਜ਼ੀ ਤੇ ਇਹ ਮਿਲੀ ਹੈ ਸਾਨੂੰ 200 ਰੁਪੀਸ ਦੀ ਮਤਲਬ ਉੱਥੇ ਆਪਾਂ ਦੋ ਤਿੰਨ ਜਗ੍ਹਾ ਪਤਾ ਕੀਤਾ ਸੀ ਤਾਂ ਤੂੰ ਨੀ 200 ਦੀ ਹੀ ਮਿਲ ਰਹੀ ਸੀਗੀ ਸੋ ਹਾਂ ਇਹ ਕਿਸੇ ਬ੍ਰਾਂਡ ਦੀ ਨਹੀਂ ਹੈ ਸਰੋਜਨੀ ਨਗਰ ਮਾਰਕੀਟ ਦੀ ਹੈ 200 ਰੁਪਏ ਬਸ ਮੈਨੂੰ ਹੁਣੇ ਹੁਣੇ ਯਾਦ ਆਇਆ ਕਿ ਆਪਾਂ ਉੱਥੇ ਬਾਰਗਨਿੰਗ ਵੀ ਕੀਤੀ ਸੀਗੀ ਤਾਂ ਇਹ ਸਾਨੂੰ 300 ਦੀਆਂ ਦੋ ਮਿਲੀਆਂ ਮਤਲਬ ਕਿ ਉਹਨਾਂ ਨੇ ਦੱਸਿਆ 200 ਸੀਗਾ ਇੱਕ ਦਾ ਬਟ ਆਪਾਂ ਦੋ ਲਈਆਂ ਤਾਂ ਸਾਨੂੰ ਇੱਕ 150 ਦੀ ਮਿਲੀ ਮਤਲਬ ਦੋਨੋਂ 300 ਦੀ ਮਿਲ ਗਈ ਸੋ ਮੈਂ ਭੁੱਲ ਗਈ ਸੀ ਤਾਂ ਮੈਨੂੰ ਅੰਜਲੀ ਨੇ ਯਾਦ ਕਰਾ ਥੈਂਕ ਯੂ ਅੰਜਲੀ ਆਈ ਹੋਪ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਹੋਗਾ ਅਗਰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਬਾਏ